ਇੰਨੇ ਦੁੱਖ ਵੀ ਨਾ ਦੇਵੀਂ ਕਿ ਰੁਲ ਜਾਵਾਂ ਮੈਂ, ਇੰਨੇ ਸੁੱਖ ਵੀ ਨਾ ਦੇਵੀਂ ਕਿ ਤੈਨੂੰ ਭੁੱਲ ਜਾਵਾਂ ਮੈਂ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਦੋਸਤੋ, ਮੈਂ ਹਰਪ੍ਰੀਤ ਇੱਕ ਵਾਰ ਫਿਰ ਹਾਜ਼ਰ ਹਾਂ ਲੈ ਕੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਜਿਸਦਾ ਨਾਂ ਹੈ ਹੂਕ ਦਿਲ ਦੀ ਆਵਾਜ਼। ਸੁਰ, ਸਾਜ਼, ਸੁਰ, ਇਹਨਾਂ ਦਾ ਆਪਸੀ ਗਹਿਰਾ ਰਿਸ਼ਤਾ ਹੈ, ਤਾਲੁਕ ਹੈ। ਸੁਰ ਬਿਨਾਂ ਸਾਜ਼ ਨਹੀਂ, ਸਾਜ਼ ਬਿਨਾਂ ਸੁਰ ਨਹੀਂ, ਅਤੇ ਇਹਨਾਂ ਦੋਨਾਂ ਬਿਨਾਂ ਸੰਗੀਤ ਨਹੀਂ। ਦਰਅਸਲ ਸਾਜ਼ ਸੁਰਾਂ ਨੂੰ ਸ਼ਿੰਗਾਰਦੇ ਨੇ, ਉਹਨਾਂ 'ਚ ਕਸ਼ਿਸ਼ ਪੈਦਾ ਕਰਦੇ ਨੇ। ਜਦੋਂ ਤੋਂ ਇਨਸਾਨ ਇਸ ਧਰਤੀ 'ਤੇ ਆਇਆ ਹੈ ਉਦੋਂ ਤੋਂ ਹੀ ਸੁਰ ਵੀ ਆਏ ਨੇ ਅਤੇ ਸ਼ਾਇਦ ਸਾਜ਼ ਵੀ। ਜਿਉਂ ਜਿਉਂ ਇਨਸਾਨ ਤਰੱਕੀ ਕਰਦਾ ਗਿਆ ਤਾਂ ਸੁਰਾਂ ਵਿੱਚ ਵੀ ਵਾਧਾ ਹੁੰਦਾ ਗਿਆ ਅਤੇ ਰਾਗਾਂ ਵਿੱਚ ਵੀ। ਇਸੇ ਤਰ੍ਹਾਂ ਸਾਜ਼ਾਂ ਦੀ ਗਿਣਤੀ ਵੱਧਦੀ ਗਈ, ਪੁਰਾਣੇ ਸਾਜ਼ ਗੁੰਮਦੇ ਗਏ, ਨਵੇਂ ਸਾਜ਼ ਆਉਂਦੇ ਗਏ। ਉਹਨਾਂ ਗੁੰਮੇ ਸਾਜ਼ਾਂ ਵਿੱਚੋਂ ਇੱਕ ਹੈ ਸਰੰਦਾ, ਜਿਸ ਨੂੰ ਕਿ ਗੁਰੂ ਅਰਜਨ ਦੇਵ ਜੀ ਨੇ ਆਜ਼ਾਦ ਕੀਤਾ ਸੀ, ਪਰ ਅੱਜ ਵੀ ਕੁਝ ਸੰਗੀਤ ਪ੍ਰੇਮੀ ਮੌਜੂਦ ਨੇ ਜਿਹੜੇ ਕਿ ਸਰੰਦਾ ਵਜਾਉਂਦੇ ਨੇ, ਅਤੇ ਉਹਨਾਂ ਵਿੱਚੋਂ ਇੱਕ ਨੇ ਰਣਜੋਤ ਸਿੰਘ। ਅਤੇ ਆਓ ਉਹਨਾਂ ਤੋਂ ਸੁਣਦੇ ਹਾਂ ਸਰੰਦੇ 'ਤੇ ਬਾਬਾ ਦੀਪ ਸਿੰਘ ਦੀ ਵਾਰ। ਸੋਇਆਣ ਲੱਖੋ ਸੱਤੇ ਆਏ ਨੇ ਅੱਜ ਦਰਬਾਰ,
ਹਮੇਸ਼ਾ ਸੱਚ ਬੋਲਦੀ ਹੈ ਤੇ ਸੱਚ ਨੂੰ ਹਰ ਯੁੱਗ ਵਿੱਚ ਸੂਲੀ ਚੜਾਇਆ ਜਾਂਦਾ ਹੈ। ਇੱਕ ਬਾਗੀ ਕਲਮ ਦੀ ਕਹਾਣੀ ਨੂੰ ਬਿਆਨ ਕਰ ਰਹੇ ਨੇ ਰਣਜੋਤ ਸਿੰਘ ਜੀ। Thank you.
ना अमीरां दी गल है ना गरीबां दी गल है, तेरे दर ते आना ता नसीबां दी गल है। सतिकाल रणजोत जी, सतिकाल जी, थोड़ी सुरीली गायकी ने आत्मा दा परमात्मा नाल मेल कराता। सब तो पहले दसो थोड़ी उम्र किन्नी है? मेरी उम्र है 26 साल। नौजवान पीढ़ी, तो जिमें कि अजकल दी नौजवान पीढ़ी कितने पुठे कम च पई है, उत्थे तुहाडे वर्गे भी नौजवान ने जिन्हें साडी सभ्यता नूं इन्ना कायम रख्या है। तो मैं ये दसो कि सरंदे का इतिहास की है? ठीक है जी, सरंदा सिखां दे 5वें गुरु साहिबान श्री गुरु अर्जन देव जी ने यह साज इजाद किया। उन्होंने गुरबाणी दे विच वी इहदा जिक्र किया, धन सरंदा सच्चा पातशाह जिन जग धंदे लाया। इहदा शाब्दिक अर्थ असी कहांगे सिरजणहार, सिरजणहार नूं सरंदा कहा गया। इसलिए गुरु अर्जन देव जी दे टाइम तो हुण तक यह सरंदा गुरु घर की मर्यादा कीर्तन की मर्यादा विच चलदा आ रहा। ते तुहानूं इह इतिहास कित्थों पता लग्गिया? ਸਾਡੇ ਕੋਲ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਸਾਜ ਰਬਾਬ ਸਰੰਦਾ ਹਨ। ਰਬਾਬ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ੁਰੂ ਕੀਤੀ। ਉਹਨਾਂ ਨੇ ਭਾਈ ਫਰਿੰਦੇ ਤੋਂ ਰਬਾਬ ਮੰਗਵਾਈ, ਭਾਈ ਮਰਦਾਨਾ ਜੀ ਨੂੰ ਭੇਜ ਕੇ। ਅਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੀ ਉਸ ਵਾਹਿਗੁਰੂ ਨਾਲ ਪਰਮਾਤਮਾ ਨਾਲ ਲਿਵ ਜੁੜਦੀ ਸੀ, ਉਹਦੀ ਸਿਫਤ ਸਲਾਹ ਦੇ ਵਿੱਚ ਜਿਹੜੀ ਬਾਣੀ ਉਹਨਾਂ ਨੂੰ ਬਾਣੀ ਦਾ ਬਾਸ ਹੁੰਦਾ ਸੀ, ਬਾਣੀ ਆਉਂਦੀ ਸੀ, ਧੁਰਕੀ ਬਾਣੀ ਜਿਹਨੂੰ ਆਪਾਂ ਕਹਿੰਦੇ ਹਾਂ, ਫਿਰ ਉਹਨੂੰ ਰਾਗਮਈ ਉਚਾਰਨ ਲਈ ਭਾਈ ਮਰਦਾਨਾ ਜੀ ਨੂੰ ਉਹ ਬੇਨਤੀ ਕਰਦੇ ਸਨ ਵੀ ਚੱਲ ਭਾਈ ਮਰਦਾਨਿਆ, ਛੇੜ ਰਬਾਬ ਬਾਣੀ ਆਈ ਹੈ। ਉਦੋਂ ਤੋਂ ਇਹ ਸਾਜ ਹੁਣ ਤੱਕ ਸਾਡੇ ਤੱਕ ਚੱਲਦੇ ਆ ਰਹੇ ਨੇ। ਮੈਂ ਪਹਿਲੋਂ ਸਰੰਗੀ ਦੀ ਤਾਲੀਮ ਲੈਣੀ ਸ਼ੁਰੂ ਕੀਤੀ 12ਵੀਂ ਦੀ ਕਲਾਸ ਤੋਂ ਬਾਅਦ। ਉੱਥੇ 3 ਸਾਲ ਮੈਂ ਸਰੰਗੀ ਸਿੱਖੀ ਅਤੇ ਫਿਰ ਉਹ ਉਸਤਾਦ ਭਾਈ ਅਨੂਪ ਸਿੰਘ ਜੀ ਜਿਨ੍ਹਾਂ ਕੋਲ ਮੈਂ ਸਿੱਖਦਾ ਸਾਂ ਦਰਬਾਰ ਸਾਹਿਬ ਦੇ ਹਜ਼ੂਰੀ ਲਾਗੀ, ਉਹ ਵੀ ਸਰੰਦਾ ਵਜਾਉਂਦੇ ਨੇ। ਅਤੇ ਫਿਰ ਮੇਰੀ ਤਵੱਜੋ ਇਹਦੇ ਵੱਲ ਹੋਈ ਕਿ ਸਾਜ ਖਤਮ ਹੋ ਰਿਹਾ, ਇਹਨੂੰ ਸੁਰਜੀਤ ਕੀਤਾ ਜਾਵੇ। ਇੱਕ ਇਹਦੀ ਆਵਾਜ਼ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ, ਅਤੇ ਇਸ ਲਈ ਉਹਨਾਂ ਭਾਈ ਅਨੂਪ ਸਿੰਘ ਜੀ ਕੋਲੋਂ ਜੋ ਮੇਰੇ ਉਸਤਾਦ ਨੇ, ਅਤੇ ਉਹਨਾਂ ਕੋਲ ਮੈਨੂੰ ਸਰੰਦੇ ਦਾ ਪਤਾ ਲੱਗਾ ਅਤੇ ਉਦੋਂ ਤੋਂ ਮੈਂ ਲਗਾਤਾਰ ਇਹਦੇ ਨਾਲ ਜੁੜਿਆ ਹੋਇਆ। ਅਤੇ ਰਵਾਇਤੀ ਸਾਜ਼ ਸਰੰਦਾ ਹੀ ਕਿਉਂ ਚੁਣਿਆ? ਸਰੰਦਾ ਸਾਜ ਬਿਲਕੁਲ ਖਤਮ ਹੋ ਚੁੱਕਾ ਸਾਜ ਇਹ, ਅਤੇ ਮੈਨੂੰ ਪਤਾ ਲੱਗਾ ਵੀ ਇਹਦੇ ਵਜੰਤਰੀ ਬਹੁਤ ਜ਼ਿਆਦਾ ਘੱਟ ਨੇ। ਇਸ ਵਿੱਚ ਭਾਈ ਅਨੂਪ ਸਿੰਘ ਹੋਣਾ ਨੇ ਇਹਦੀ ਰਿਸਰਚ ਕਰ ਕਰਕੇ ਇਹਦੀਆਂ ਵਜਾਉਣ ਦਾ ਤਰੀਕਾ ਵੇਖਿਆ। ਕੋਈ ਵੀ ਵਜੰਤਰੀ ਆਪਾਂ ਨੂੰ ਜਾਂ ਕੋਈ ਪੁਰਾਣੀ ਰਿਕਾਰਡਿੰਗ ਨਹੀਂ ਮਿਲਦੀ, ਅਤੇ ਫਿਰ ਮੇਰੀ ਜ਼ਿਆਦਾ ਤਵੱਜੋ ਇਹਦੇ ਵੱਲ ਹੀ ਹੋ ਗਈ ਵੀ ਇਹ ਸਰੰਦਾ ਸਾਜ਼ ਸਿੱਖਣਾ, ਸਿੱਖ ਕੇ ਕੋਈ ਜਿੰਨਾ ਕੁ ਮੈਨੂੰ ਆਵੇ ਅੱਗੋਂ ਸਿਖਾਉਣਾ। ਸਰੰਦੇ ਤੋਂ ਇਲਾਵਾ ਹੋਰ ਕਿਹੜੇ ਸਾਜ਼ ਵਜਾ ਲੈਂਦੇ ਹੋ? ਸਰੰਦੇ ਤੋਂ ਇਲਾਵਾ ਸਰੰਗੀ, ਦਿਲਰੁਬਾ, ਇਸਰਾਜ, ਤਾਊਸ, ਇਹ ਸਾਜ਼ ਮੈਂ ਵਜਾ ਲੈਂਦਾ। ਅਤੇ ਜਿਹੜਾ ਸਰੰਦੇ 'ਤੇ ਅਸੀਂ ਰਿਆਜ਼ ਕਰਦੇ ਹਾਂ ਉਹਦਾ ਕੋਈ ਵੱਖਰਾ ਸਮਾਂ ਹੁੰਦਾ ਹੈ ਕਿ ਜਿਹੜੇ ਮਰਜ਼ੀ ਸਮੇਂ 'ਤੇ ਤੁਸੀਂ ਰਿਆਜ਼ ਕਰ? ਰਿਆਜ਼ ਦਾ ਕੋਈ ਪੱਕਾ ਸਮਾਂ ਨਹੀਂ, ਜਦੋਂ ਟਾਈਮ ਲੱਗੇ, ਜਦੋਂ ਦਿਲ ਕਰੇ ਉਦੋਂ ਰਿਆਜ਼ ਕਰੋ, ਕੋਈ ਐਸੀ ਗੱਲ ਨਹੀਂ। ਕਿਹੋ ਜਿਹੇ ਰਾਗ ਵਜਾ ਲੈਂਦੇ ਹੋ ਸਰੰਦੇ 'ਤੇ? ਸਰੰਦੇ ਰਾਗ ਤਾਂ ਕੋਈ ਵੀ ਜਿਹੜਾ ਮਰਜ਼ੀ ਵਜਾਓ, ਕਿਸੇ ਵੀ ਤਰੀਕੇ ਦਾ ਵਜਾ, ਕਿਸੇ ਵੀ ਤਰੀਕੇ ਦਾ। ਜਿਵੇਂ ਗੁਰੂ ਸਾਹਿਬ ਦੀ ਬਾਣੀ, ਗੁਰੂ ਸਾਹਿਬ ਨੇ ਸਾਨੂੰ ਪੂਰੀ ਬਾਣੀ ਦਿੱਤੀ ਹੈ ਜਿਨ੍ਹਾਂ 'ਚ ਕੋਈ ਹੇਰ ਫੇਰ ਨਹੀਂ ਜਾਂ ਕਰਨ ਦੀ ਲੋੜ ਨਹੀਂ, ਉਵੇਂ ਸਾਨੂੰ ਹਰ ਇੱਕ ਚੀਜ਼ ਸਾਜ਼ ਉਹਨਾਂ ਨੇ ਪ੍ਰੋਵਾਈਡ ਕਰਵਾਇਆ, ਉਹਦੇ ਵਿੱਚ ਕੋਈ ਵੀ ਹੇਰ ਫੇਰ ਕਰਨ ਦੀ ਲੋੜ ਨਹੀਂ, ਜਾਂ ਵੀ ਕੋਈ ਵੀ ਊਣਤਾਈ ਉਹਨਾਂ ਸਾਜ਼ਾਂ 'ਚ ਜਾਂ ਉਹਨਾਂ ਦੇ ਵਿੱਚ ਫੇਰ ਬਦਲ ਕਰਨ ਦੀ ਲੋੜ ਨਹੀਂ। ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹਦੀ ਡਾਂਟ ਛੋਟੀ ਕਰਕੇ ਸਰੰਗੀ ਵਾਲੀ ਲਾ ਦਈਏ ਅਤੇ ਫਿਰ ਸਰੰਦਾ ਬਣੇਗਾ। ਜੇ ਉਹਨਾਂ ਨੇ ਪੂਰੀ ਬਾਣੀ, ਪੂਰੇ ਹਰਫ, ਪੂਰੇ ਲਫ਼ਜ਼ ਦਿੱਤੇ ਨੇ ਗੁਰਬਾਣੀ 'ਤੇ, ਉਹਦੇ ਨਾਲ ਪੂਰੇ ਸਾਜ਼ ਵੀ ਦਿੱਤੇ ਨੇ, ਇਹਨਾਂ ਵਿੱਚ ਫੇਰ ਬਦਲ ਕਰਨ ਦੀ ਕੋਈ ਲੋੜ ਨਹੀਂ। ਅੱਛਾ ਰਣਜੋਤ ਜੀ, ਤੁਸੀਂ ਜਿਵੇਂ ਕਾਲਜ ਜਾਂਦੇ ਹੋ ਅਤੇ ਸਾਰੇ ਵਿਦਿਆਰਥੀ ਵੇਖਦੇ ਹੋਣਗੇ ਕਿ ਵੀ ਤੁਸੀਂ ਬਹੁਤ ਵਧੀਆ ਸਰੰਦਾ ਪਲੇ ਕਰਦੇ ਹੋ, ਅਤੇ ਉੱਥੇ ਵੀ ਤੁਹਾਨੂੰ ਕਹਿੰਦੇ ਨੇ ਕਿ ਹਾਂ ਤੂੰ ਪਾਰਟੀਸਪੇਟ ਕਰਿਆ ਕਰ ਚੀਜ਼ਾਂ ਦੇ ਵਿੱਚ? ਹਾਂਜੀ, ਮੈਂ ਜਦੋਂ ਯੂਨੀਵਰਸਿਟੀ ਗਿਆ, ਕਾਲਜ ਜਦੋਂ ਗਿਆ, ਜਿਹੜੇ ਮੇਰੇ ਸੰਗੀ ਸਾਥੀ ਜਾਂ ਕਾਲਜ ਪਾਰਟੀਸਪੇਟ ਕਰਦਾ, ਸ਼ਬਦ ਬੋਲਦਾ ਸਾਂ ਜਾਂ ਜਦੋਂ ਸਰੰਗੀ ਵਜਾਉਂਦਾ, ਉਦੋਂ ਫਿਰ ਮੇਰੇ ਨਾਲਦਿਆਂ ਨੂੰ, ਮੇਰੇ ਕਲਾਸਮੇਟ ਨੂੰ ਇਸ ਚੀਜ਼ ਦੀ ਜਾਣਕਾਰੀ ਹੋਈ ਵੀ ਸਰੰਦਾ ਸਾਜ਼ ਵੀ ਕੋਈ ਸਾਜ਼ ਹੁੰਦਾ। ਅਤੇ ਜਦੋਂ ਮੈਂ ਉਹਨਾਂ ਨਾਲ ਗੱਲ ਕਰਦਾ ਵੀ ਹਾਂ ਮੈਂ ਸਰੰਦਾ ਵਜਾਉਣ ਦੀ ਕੋਸ਼ਿਸ਼ ਕਰਦਾ, ਸਰੰਦਾ ਵਜਾਉਂਦਾ, ਫਿਰ ਹਾਂ ਉਹਨਾਂ ਕਹਿਣਾ ਵੀ ਹਾਂ ਮੈਨੂੰ ਲਿਆ ਕੇ ਦੱਸੀ, ਸਾਨੂੰ ਕੱਲ੍ਹ ਲਿਆ ਕੇ ਦੱਸੀ। ਫਿਰ ਕਾਲਜ ਤੋਂ ਬਾਅਦ ਮੈਂ ਯੂਨੀਵਰਸਿਟੀ ਗਿਆ ਅਤੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਤੱਕ ਇਹ ਸਾਜ਼ ਦਾ ਨਹੀਂ ਪਤਾ ਉਹਨਾਂ ਨੂੰ। ਅਤੇ ਜਦੋਂ ਮੇਰਾ ਐਂਟਰਸ ਹੋਇਆ, ਟੈਸਟ ਦਿੱਤਾ, ਫਿਰ ਉਹਨਾਂ ਨੇ ਇਸ ਸਾਜ਼ ਦਾ ਪਤਾ ਲੱਗਾ ਵੀ ਇਹ ਸਰੰਦਾ ਸਾਜ਼ ਕੋਈ ਹੁੰਦਾ। ਫਿਰ ਜਿੰਨੇ ਮੇਰੇ ਫਰੈਂਡਸ ਆ ਉਹਨਾਂ ਦੇ ਨਾਲ ਫਰੈਂਡਸ ਦਾ ਮੈਨੂੰ ਸਿਖਾਉਣ ਦੇ ਵਿੱਚ
ਟੀਚਰ ਸਾਹਿਬਾਨ ਨੂੰ ਬਹੁਤ ਵੱਡਾ ਯੋਗਦਾਨ ਹੈਗਾ। ਜਿੱਥੋਂ ਤੱਕ ਮੈਨੂੰ ਪਤਾ ਹੈ ਤੁਸੀਂ ਸਟੱਡੀ ਵੀ ਕਰਦੇ ਹੋ, ਹੋਰ ਤੁਸੀਂ ਕੀਰਤਨ ਵੀ ਹੁਣ ਕਿਹਾ ਕਿ ਮੈਂ ਕਰਦਾ, ਕਿਵੇਂ ਮੈਨੇਜ ਕਰਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ? ਬਸ ਜਿੰਨਾ ਕੁ ਮੈਨੂੰ ਇਹਨਾਂ ਤਾਰਾਂ ਨਾਲ, ਤੰਤੀ ਸਾਜ਼ਾਂ ਨਾਲ, ਇਹਨਾਂ ਸਾਜ਼ਾਂ ਦਾ ਸ਼ੌਂਕ ਹੈ ਨਾ, ਉਹ ਆਪਣੇ ਆਪ ਹੀ ਟਾਈਮ ਮੇਰਾ ਨਿਕਲ ਜਾਂਦਾ ਕਿ ਹਾਂ ਮੈਂ ਕੱਢਣਾ ਜਾਂ ਕਿਸੇ ਨੂੰ ਸਿਖਾਲਣਾ। ਮੇਰੇ ਪਿੰਡ ਦੇ ਬੱਚੇ ਨੂੰ ਸਿੱਖਦੇ ਨੇ, ਹਾਂ ਵੀ ਉਹਨਾਂ ਨੂੰ ਸਿਖਾਲਣਾ ਇਹ ਸਾਜ਼ ਵਧਣ ਜੋ ਆਪਾਂ ਭੁੱਲ ਚੁੱਕੇ ਹਾਂ। ਪੂਰੇ ਗੁਰੂ ਦੀ ਬਾਣੀ ਦੇ ਨਾਲ ਪੂਰੇ ਸਾਜ਼ ਵੱਜਦੇ ਨੇ, ਉਹਨਾਂ ਨੇ ਹਰ ਇੱਕ ਚੀਜ਼ ਸਾਨੂੰ ਪੂਰੀ ਦਿੱਤੀ ਹੈ। ਇਸ ਲਈ ਮੇਰੀ ਕੋਸ਼ਿਸ਼ ਹੈ ਇਹਨਾਂ ਸਾਜ਼ਾਂ ਦਾ, ਇਹਨਾਂ ਸਾਜ਼ਾਂ ਨੂੰ ਵਧਾਉਣ ਦੇ ਵਿੱਚ ਯੋਗਦਾਨ ਪਾਵਾਂ। ਇਸ ਲਈ ਇਸੇ ਚਾਹਤ ਨਾਲ ਮੇਰਾ ਟਾਈਮ ਨਿਕਲ ਜਾਂਦਾ। ਅੱਛਾ, ਤੁਸੀਂ ਮਤਲਬ ਇਹ ਸਿਖਲਾਈ ਜਿਹੜੀ ਹੈ ਬੱਚਿਆਂ ਨੂੰ ਵੀ ਪ੍ਰੋਵਾਈਡ ਕਰਦੇ ਹੋ, ਬਹੁਤ ਵਧੀਆ ਗੱਲ ਹੈ, ਕਿਉਂਕਿ ਜਿਹੜੀ ਕਲਾ ਬੰਦੇ ਕੋਲ ਹੁੰਦੀ ਹੈ ਨਾ, ਜੇ ਉਹ ਅੱਗੇ ਤੱਕ ਪ੍ਰੋਵਾਈਡ ਹੋਵੇ ਤਾਂ ਉਹ ਚੀਜ਼ ਵੱਧਦੀ ਹੋਈ ਰਹਿੰਦੀ ਹੈ। ਬਿਲਕੁਲ। ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਕੋਈ ਮੈਸੇਜ ਦੇਣਾ ਚਾਹੋਗੇ, ਕਿਉਂਕਿ ਤੁਸੀਂ ਖੁਦ ਵੀ ਇੱਕ ਨੌਜਵਾਨ ਹੋ, ਅਤੇ ਮੈਂ ਚਾਹੁੰਦੀ ਹਾਂ ਕਿ ਸਾਡੇ ਪੂਰੇ ਜਿਹੜੇ ਸਰੋਤੇ ਦੇਖ ਰਹੇ ਨੇ ਉਹ ਤੁਹਾਡੀ ਗੱਲ ਨੂੰ ਸੁਣਨ ਅਤੇ ਇਸ ਚੀਜ਼ ਨੂੰ ਦੇਖਣ ਕਿ ਹਾਂ ਅਸੀਂ ਵੀ ਰਣਜੋਧ ਵਰਗੇ ਬਣਨਾ। ਮੈਂ ਇੰਨੀ ਗੱਲ ਕਹਾਂਗਾ, ਮੈਂ ਇੱਕ ਓਹੰਕਾਰ ਤੋਂ ਗੱਲ ਸ਼ੁਰੂ ਕਰਾਂਗਾ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਓਹੰਕਾਰ ਦੀ ਰਚਨਾ ਕੀਤੀ ਹੈ, ਇੱਕ ਊੜੇ ਤੋਂ ਪਹਿਲਾਂ ਇੱਕ ਪਾਇਆ, ਇੱਕ ਦੇ ਉੱਤੇ ਘੁੰਡੀ ਪਾਈ ਹੈ, ਉਸ ਘੁੰਡੀ ਦਾ ਮਤਲਬ ਵੀ ਸਮਝ ਲਓ ਅਤੇ ਇਹਨਾਂ ਸਾਜ਼ਾਂ ਦੀ ਸਮਝ ਆ ਜਾਏਗੀ। ਉਹ ਘੁੰਡੀ ਜੀਰੋ ਹੈਗੀ, ਕਦੇ ਵੀ ਗਲਾਸ ਪਹਿਲਾਂ ਪੈਂਦਣ ਨਹੀਂ ਭਰ ਜਾਂਦਾ, 15%, 20%, 30%, 45%, 90%, 95%, ਫਿਰ 100% ਬਣੇਗਾ, ਅਤੇ ਕਦੇ ਵੀ ਪੈਂਦੜ ਇੱਕ ਨਹੀਂ ਬਣਦਾ। ਇਸ ਲਈ ਗੁਰੂ ਸਾਹਿਬ ਨੇ ਮੁੱਢ ਤੋਂ ਲੈ ਕੇ ਐਂਡ ਤੱਕ ਦਾ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ। ਉਹ ਸਾਨੂੰ ਗੁਰਬਾਣੀ ਨੂੰ ਫੋਲਣਾ ਚਾਹੀਦਾ, ਉਹਨਾਂ ਦੇ ਅਰਥਾਂ ਨੂੰ ਫੋਲੋ ਕਰਨਾ ਚਾਹੀਦਾ। ਉਵੇਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਲਫ਼ਜ਼ਾਂ ਨੂੰ ਉਚਾਰਨ ਤੋਂ ਪਹਿਲਾਂ ਰਾਗ ਦਾ ਨਾਮ ਲਾਇਆ, ਰਾਗ ਸੋਠ ਮਹੱਲਾ ਪੰਜਵਾਂ, ਰਾਗ ਧਨਾਸਰੀ ਮਹੱਲਾ ਪੰਜਵਾਂ। ਐਡੀ ਵੱਡੀ ਸੰਗੀਤ ਨੂੰ ਅਹਿਮੀਅਤ ਦਿੱਤੀ ਗਈ ਹੈ। ਸੰਗੀਤ ਰੂਹ ਦੀ ਖੁਰਾਕ ਹੈ, ਜੇ ਸਾਡੀ ਰੂਹ ਉਦਾਸ ਹੈ ਤਾਂ ਆਪਾਂ ਕਿਸੇ ਵੀ ਕੰਮ 'ਚ ਆਪਾਂ ਦਿਲ ਨਹੀਂ ਲਾ ਸਕਦੇ ਅਤੇ ਨਾ ਹੀ ਗੁਰਬਾਣੀ ਨੂੰ ਫੋਲੋ ਕਰ ਸਕਦੇ ਹਾਂ। ਮੈਂ ਗਾਵਾਂਗਾ ਰਾਗ 'ਚ, ਗਾਵਾਂਗਾ ਤੁਹਾਡੇ ਦਿਲ 'ਚ ਗੁਰਬਾਣੀ ਉਤਰੇਗੀ, ਜੇ ਦਿਲ 'ਚ ਗੁਰਬਾਣੀ ਉਤਰੇਗੀ ਰੂਹ ਖੁਸ਼ ਹੋਏਗੀ, ਰੂਹ ਖੁਸ਼ ਹੋਏਗੀ ਤਾਂ ਆਪਾਂ ਕੰਮ ਚੰਗੇ ਕਰਾਂਗੇ। ਬਿਲਕੁਲ ਸਹੀ। ਇਸ ਲਈ ਨੌਜਵਾਨਾਂ ਨੂੰ ਜਾਂ ਹੋਰ ਸਿੱਖ ਮਾਂ ਪਿਓ ਨੂੰ ਮੇਰਾ ਮੈਸੇਜ ਇਹੀ ਆ ਵੀ ਆਪਣੇ ਬੱਚਿਆਂ ਲਈ ਵੱਧ ਤੋਂ ਵੱਧ ਟਾਈਮ ਕੱਢੋ। ਅੱਜ ਕੱਲ੍ਹ ਆਪਣੇ ਬੱਚਿਆਂ ਜੋਗਾ ਕਿਸੇ ਕੋਲ ਟਾਈਮ ਨਹੀਂ ਹੈਗਾ, ਉਹਨਾਂ ਨੂੰ ਸਮਝਾਉਣ ਜੋਗਾ, ਉਹਨਾਂ ਨੂੰ ਆਪਣੇ ਟਰੈਡੀਸ਼ਨ ਨਾਲ ਜੋੜਨ ਜੋਗਾ। ਸਾਡਾ ਟਰੈਡੀਸ਼ਨ ਜਿਹੜਾ ਪੂਰਾ ਹੈ, ਵਿਰਸਾ ਆਪਣਾ ਪੂਰਾ ਹੈ, ਅਤੇ ਆਪਾਂ ਇਹਦੇ ਨਾਲ ਜੁੜੀਏ ਅਤੇ ਜੋੜੀਏ, ਬੇਗਾਨੇ ਬੱਚਿਆਂ ਨੂੰ ਆਪਣੇ ਸਮਝੀਏ। ਬਹੁਤ ਵਧੀਆ ਲੱਗਿਆ ਰਣਜੋਤ ਜੀ ਤੁਹਾਡੇ ਨਾਲ ਗੱਲ ਕਰਕੇ, ਇੱਥੇ ਹੀ ਮੈਂ ਇਜਾਜ਼ਤ ਲੈਣਾ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਾਨੂੰ ਉਮੀਦ ਹੈ ਦੋਸਤੋ, ਰਣਜੋਤ ਸਿੰਘ ਇਸੇ ਤਰ੍ਹਾਂ ਗੁਰੂ ਚਰਨਾਂ ਦੇ ਨਾਲ ਜੁੜੇ ਰਹਿਣਗੇ। ਸਿਮਰਨ ਕਰੀਏ ਤਾਂ ਮਨ ਸਵਰ ਜਾਵੇ, ਸੇਵਾ ਕਰੀਏ ਤਾਂ ਤਨ ਸਵਰ ਜਾਵੇ। ਇੰਨੀ ਮਿੱਠੀ ਹੈ ਸਾਡੇ ਗੁਰਾਂ ਦੀ ਬਾਣੀ, ਜੇ ਅਮਲ ਕਰੀਏ ਤਾਂ ਜ਼ਿੰਦਗੀ ਸਵਰ ਜਾਵੇ।